ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੋਨਾ ਢਿੱਲੋਂ ਕੁਕਿੰਗ ਵਲੌਗਸ ਵਿੱਚ ਤੁਹਾਡਾ ਸਵਾਗਤ ਆ। ਤੇ ਸੌਰੀ ਮੈਂ ਕਾਫੀ ਦਿਨਾਂ ਬਾਅਦ ਆਈ ਆ, ਕਾਫੀ ਬਿਜ਼ੀ ਸੀ। ਤੇ ਅੱਜ ਆਪਾਂ ਬਣਾ ਰਹੇ ਆ ਨੌਨ ਵੈਜ ਲਵਰਸ ਲਈ ਇੱਕ ਡਿਸ਼, ਸਿੰਪਲ ਮਟਨ ਕਰੀ। ਤੇ ਆਓ ਆਪਾਂ ਦੇਖੀਏ ਸਿੰਪਲ ਤੇ ਈਜ਼ੀ ਵੇ ਨਾਲ ਕਿਸ ਤਰ੍ਹਾਂ ਬਣਾਈ ਜਾਂਦੀ ਆ। ਆਜੋ ਫਿਰ ਸ਼ੁਰੂ ਕਰੀਏ। ਹਾਂਜੀ, ਇਹ ਮੈਂ 1.5 ਕਿਲੋ ਮਟਨ ਲਿਆ ਆ। ਇਹਨੂੰ ਮੈਂ ਵਾਸ਼ ਕਰਕੇ ਇਹਦਾ ਪਾਣੀ ਸੁਕਾ ਲਿਆ ਆ। ਕਾਫੀ ਦੇਰ ਮੈਂ ਇਹਨੂੰ ਛਾਨਣੀ ਦੇ ਵਿੱਚ ਪਾ ਕੇ ਸੁਕਾਇਆ। ਇਹਦੇ ਮੈਰੀਨੇਟ ਕਰਾਂਗੇ ਆਪਾਂ। ਇਹਦੇ ਵਿੱਚ ਆਪਾਂ 2 ਟੇਬਲ ਸਪੂਨ ਲਸਣ ਅਦਰਕ ਦਾ ਪੇਸਟ ਪਾਵਾਂਗੇ। ਦੋ ਟੀਸਪੂਨ ਨਮਕ ਪਾਵਾਂਗੇ, ਨਮਕ ਤੁਸੀਂ ਆਪਣੇ ਹਿਸਾਬ ਨਾਲ ਪਾਇਓ। ਤੇ 1 ਟੀਸਪੂਨ ਆਪਾਂ ਹਲਦੀ ਪਾਊਡਰ ਪਾਵਾਂਗੇ। ਤੇ 1/2 ਟੀਸਪੂਨ ਮਿਰਚ ਬਿਲਕੁਲ ਥੋੜੀ ਪਾਉਣੀ, ਕਿਉਂਕਿ ਬਾਅਦ ਵਿੱਚ ਵੀ ਆਪਾਂ ਯੂਜ਼ ਕਰਾਂਗੇ। 1/2 ਟੀਸਪੂਨ ਰੈੱਡ ਚਿੱਲੀ ਪਾਊਡਰ ਪਾਉਣਾ। ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਇਹਨੂੰ ਤੁਸੀਂ ਜੇ ਤੁਹਾਡੇ ਕੋਲ ਟਾਈਮ ਹੈਗਾ ਆ ਤੇ 2 ਘੰਟੇ ਲਈ ਵੀ ਮੈਰੀਨੇਟ ਕਰਕੇ ਰੱਖ ਸਕਦੇ ਹੋ। ਮੈਂ ਤਾਂ 1.5 ਘੰਟੇ ਲਈ ਕਰਾਂਗੀ। 1.5 ਘੰਟੇ ਲਈ ਵੀ ਬਹੁਤ ਆ, ਬਟ ਜਿੰਨਾ ਜ਼ਿਆਦਾ ਮੈਰੀਨੇਸ਼ਨ ਹੋਊਗੀ ਓਨਾ ਹੀ ਜ਼ਿਆਦਾ ਟੇਸਟੀ ਬਣੂਗਾ। ਹਾਂਜੀ, ਤੇਲ ਲੈ ਲਿਆ ਆਪਾਂ 3-4 ਟੇਬਲ ਸਪੂਨ। ਇਹਦੇ ਵਿੱਚ ਆਪਾਂ ਥੋੜੇ ਖੜੇ ਮਸਾਲੇ ਪਾਵਾਂਗੇ। ਇਹ 5-6 ਤੇਜ ਪੱਤੇ ਆ ਛੋਟੇ ਛੋਟੇ, 1 ਦਾਲਚੀਨੀ ਦਾ ਟੁਕੜਾ, 8-10 ਲੌਂਗ ਨੇ, 5-6 ਹਰੀਆਂ ਇਲਾਚੀਆਂ ਜਿਹੜੀਆਂ ਮੈਂ ਕਰਸ਼ ਕਰ ਲਈਆਂ ਆ, 2 ਮੋਟੀ ਇਲਾਚੀਆਂ ਆ ਜਿਹੜੀਆਂ ਇਹ ਵੀ ਕਰਸ਼ ਕਰ ਲਈਆਂ ਆ, ਤੇ 1 ਟੀਸਪੂਨ ਜੀਰਾ ਲਿਆ ਆਪਾਂ। ਇਹ ਆਪਾਂ ਸਾਰੇ ਖੜੇ ਮਸਾਲੇ ਆਪਾਂ ਘਿਓ ਦੇ ਵਿੱਚ ਪਾ ਦਾਂਗੇ। ਇਹਨਾਂ ਨੂੰ ਮਾੜਾ ਜਿਹਾ ਫਰਾਈ ਕਰਕੇ, ਨਾਲ ਹੀ ਆਪਾਂ ਇਹਦੇ ਵਿੱਚ ਮੈਂ ਪਿਆਜ਼ ਲਏ ਨੇ, 8 ਪਿਆਜ਼ ਨੇ ਜਿਹਨਾਂ ਨੂੰ ਮੈਂ ਚੋਪਰ ਦੇ ਵਿੱਚ ਬੀਜ ਬੀਜ ਪੀਸ ਲਿਆ ਆ, ਚੋਪ ਕਰ ਲਿਆ ਆ। ਹੁਣ ਆਪਾਂ ਇਹਨੂੰ ਪਿਆਜ਼ ਨੂੰ ਭੁੰਨਣਾ ਹੈ। ਸਭ ਤੋਂ ਪਹਿਲਾਂ ਪਿਆਜ਼ ਨੂੰ ਆਪਾਂ ਬਰਾਊਨ ਕਰਨਾ ਹੈ, ਬਰਾਊਨ ਕਰਨਾ ਜ਼ਰੂਰੀ ਹੈ। ਹਾਂਜੀ, ਪਿਆਜ਼ ਆਪਣਾ ਲਾਲ ਹੋ ਗਿਆ, 10 ਮਿੰਟ ਲੱਗ ਗਏ ਇਹਨੂੰ ਭੁੰਨਣ 'ਤੇ। ਇੰਨਾ ਕਰਨਾ ਹੈ, ਇਸ ਤੋਂ ਜ਼ਿਆਦਾ ਬਹੁਤਾ ਨਹੀਂ ਸਾੜਨਾ, ਸੜ ਗਿਆ ਫਿਰ ਟੇਸਟ ਖਰਾਬ ਹੋ ਜਾਏਗਾ। ਹੁਣ ਆਪਾਂ ਇਹਦੇ ਵਿੱਚ ਮੈਰੀਨੇਟ ਕਰ ਲਿਆ ਮੈਂ 1.25 ਘੰਟਾ, ਮਟਨ ਸੈੱਟ ਹੋ ਗਿਆ। ਇਹਦੇ ਵਿੱਚ ਆਪਾਂ ਹੁਣ ਇਹਨੂੰ ਪਾ ਕੇ ਭੁੰਨਣਾ ਹੈ, ਇਹਨੂੰ ਫਰਾਈ ਕਰਨਾ ਆਪਾਂ 8-10 ਮਿੰਟ ਲਈ। ਮਟਨ ਬਣਾਉਣ ਦੇ ਵਿੱਚ ਜਿਹੜਾ ਫਰਾਈ ਕਰਨਾ, ਇਹਦੇ ਨਾਲ ਹੀ ਟੇਸਟ ਬਣਦਾ, ਜਿੰਨਾ ਫਰਾਈ ਕਰਾਂਗੇ ਓਨਾ ਹੀ ਵਧੀਆ ਟੇਸਟ ਬਣਾਉਂਦਾ। ਹੁਣ ਇਹਨੇ ਪਾਣੀ ਛੱਡ ਦੇਣਾ ਥੋੜ੍ਹਾ ਜਿਹਾ, ਆਪਾਂ ਨੇ ਤੇਲ ਗੈਸ 'ਤੇ ਕਰਨਾ ਆ, ਘੱਟ ਨਹੀਂ ਕਰਨੀ ਪਿਆ। ਹਾਂਜੀ, 10 ਮਿੰਟ ਹੋ ਗਏ ਜੀ ਭੁੰਨਦਿਆਂ ਨੂੰ। ਹੁਣ ਆਪਾਂ ਇਹਦੇ ਵਿੱਚ ਬਰੀਕ ਕੱਟਿਆ ਟਮਾਟਰ ਪਾਵਾਂਗੇ। 1.5 ਕਿਲੋ ਮਟਨ ਵਾਸਤੇ ਮੈਂ 2 ਵੱਡੇ ਟਮਾਟਰ ਲਏ ਨੇ, ਅਤੇ ਕਿਉਂਕਿ 1/2 ਕੱਪ ਆਪਾਂ ਬਾਅਦ ਵਿੱਚ ਦਹੀਂ ਵੀ ਪਾਉਣਾ ਹੈ। ਇਹ ਸਿੰਪਲ ਕਰੀ ਰੈਸਿਪੀ ਹੈ, ਪਹਿਲਾਂ ਮੈਂ ਰੋਗਨ ਜੋਸ਼ ਦੀ ਪਾਈ ਸੀਗੀ। ਅਤੇ ਇੱਕ ਗੱਲ ਹੋਰ, ਜੇ ਤੁਸੀਂ ਅਜੇ ਤੱਕ ਮੇਰੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ। ਸਬਸਕ੍ਰਾਈਬ ਕਰਕੇ ਬੈੱਲ ਬਟਨ ਦਬਾਉਣਾ ਨਾ ਭੁੱਲਿਓ। ਇਹਨੂੰ ਹੁਣ ਆਪਾਂ ਬੰਦ ਕਰਕੇ ਸੀਟੀਆਂ ਮਰਵਾਉਣੀਆਂ। ਥੋੜ੍ਹਾ ਜਿਹਾ ਵਿੱਚ ਆਪਾਂ ਇਹਦੇ ਪਾਣੀ ਪਾਵਾਂਗੇ। ਪਾਣੀ ਹਮੇਸ਼ਾ ਸਬਜ਼ੀ ਦੇ ਵਿੱਚ ਗਰਮ ਹੀ ਯੂਜ਼ ਕਰਨਾ ਚਾਹੀਦਾ। 1/2 ਕੱਪ ਪਾਣੀ ਪਾਵਾਂਗੇ। ਪਾਣੀ ਥੋੜ੍ਹਾ ਲੱਗ ਰਿਹਾ, ਪਾਣੀ ਮੈਂ ਥੋੜ੍ਹਾ ਜਿਹਾ ਹੋਰ ਪਾ ਦਿੰਦੀ ਹਾਂ ਕਿਉਂਕਿ ਆਪਾਂ ਇਹਨੂੰ ਵਿਸਲ ਮਰਵਾਉਣੀ ਹੈ। ਥੋੜ੍ਹਾ ਜਿਹਾ ਪਾਣੀ ਜਿਹੜਾ ਹੈ ਟਮਾਟਰ ਨੇ ਵੀ ਛੱਡਣਾ। ਹੁਣ ਆਪਾਂ ਨੂੰ 1 ਵਿਸਲ ਮਰਵਾ ਕੇ 10-12 ਮਿੰਟ ਆਪਾਂ ਸਿਮ 'ਤੇ ਬੰਦ ਰਹਿਣ ਦੇਣਾ ਹੈ ਗੈਸ ਘੱਟ ਕਰਕੇ। ਇਹ ਜੀ ਆਪਾਂ ਬੰਦ ਕਰਤਾ, 1 ਵਿਸਲ ਮਰਵਾ ਕੇ ਆਪਾਂ ਫਲੇਮ ਘੱਟ ਕਰਕੇ ਇਹਨੂੰ 10-12 ਮਿੰਟ ਲਈ ਇੰਝ ਹੀ ਪਿਆ ਰਹਿਣ ਦੇਣਾ ਵਾ। ਇਹਦੇ ਨਾਲ ਜਿਹੜਾ ਮਟਨ ਆ ਉਹ ਟੈਂਡਰ ਹੋਊਗਾ ਅਤੇ ਇਹਦੇ ਵਿੱਚ ਚੀੜਾਪਨ ਨਹੀਂ ਆਊਗਾ। ਠੀਕ ਹੈ, ਹਾਂਜੀ। 1 ਸੀਟੀ ਤੋਂ ਬਾਅਦ ਆਪਾਂ 10-12 ਮਿੰਟ ਇਹਨੂੰ ਲੋ ਫਲੇਮ ਕਰਕੇ ਪਕਾ ਲਿਆ।
हम आप चेक करांगे, काफी हद तक गल चुका है। हाँ जी, हुण आपां इहदे विच 3 टीस्पून ये हैगी आ कश्मीरी लाल मिर्च, 3 टेबल स्पून ही धनिया पाउडर ये आपां ऐड करना हुण इहदे विच। चंगी तरह मिक्स कर लेना। हुण आपां इहदे विच दही पावांगे। दही पाउण लग्गे इक गल दा ख्याल रखना, फ्लेम बिल्कुल स्लो होनी चाहिए। अद्धा कप दही पाउणा विच, नाल नाल इहनू चलाउणा है तां कि दही फट ना जावे। हौली हौली करके पाउणा, फ्लेम बिल्कुल स्लो होनी चाहिए। हुण आपां इहनू चंगी तरह पकाउणा इक वारी, फुल गैस करके फुल फ्लेम ते पकाउणा। हाँ जी, 2-3 मिनट हो गए जी पकाउंदिआं नूं। रंग देखो किन्ना वधिया बणिआ आ, प्याज ते टमाटर वगैरा सब कुछ फुल गया आ। प्याज आपां बरीक बरीक कट्टणा हुंदा वा, जे तुसीं लंबा लंबा प्याज कट के पाओगे तां ओह वी बरीक बरीक कट्टणा आ, मोटा मोटा नहीं कट्टणा, नहीं ते फिर तरी दे विच नजर आएगा। हुण इह बहुत वधिया बण गई आ तरी, आ देखो। हुण आपां इहनूं 10-12 मिनट इंज पकाउणा। हाँ जी, ये 60-70% तक गल चुका जी। हुण आपां इहदे विच हाफ टीस्पून काली मिर्च पावांगे ते 1 टीस्पून गर्म मसाला, इहनूं आपां मिक्स कर दांगे ते हुण आपां इहदियां 4-5 सीटियां होर मरवावांगे बंद करके, ठीक है जी। ਆਪਾਂ ਬੰਦ ਕਰਕੇ 4-5 ਸੀਟੀਆਂ ਮਰਵਾਉਣੇ ਆ ਜੀ। ਹਾਂਜੀ, ਇਹ ਮੈਂ ਚੌਲਾਂ ਵਾਸਤੇ ਪਾਣੀ ਧਰਿਆ, ਨਾਲ ਚੌਲ ਖਾਣੇ ਆ। ਮੇਰੇ ਹਸਬੈਂਡ ਬਾਹਰੋਂ ਆਏ ਆ ਤੇ ਉਹ ਕਹਿੰਦੇ ਵੀ ਮੈਂ ਤੇ ਨਾਲ ਮਟਨ ਦੇ ਨਾਲ ਰਾਈਸ ਖਾਣੇ ਆ, ਇਸ ਲਈ ਮੈਂ ਰਾਈਸ ਬਣਾਉਣ ਲੱਗੀ ਆ। ਇਹ 2 ਗਲਾਸ ਪਾਣੀ ਲੈ ਲਿਆ ਤੇ 1 ਗਲਾਸ ਵਿੱਚ ਮੈਂ ਚਾਵਲ ਪਾਉਣ ਲੱਗੀ ਆ। ਉਸ ਤੋਂ ਪਹਿਲਾਂ 3-4 ਲੌਂਗ ਆ, 1 ਇਲਾਚੀ ਮੋਟੀ ਆ, 1 ਛੋਟੀ, ਇਹ ਪਾ ਦਿੱਤੇ। ਹੁਣ ਪਾਣੀ ਆਪਣਾ ਰਿੱਝਣ ਵਾਲਾ ਆ, ਜਦੋਂ ਪਾਣੀ ਬੋਇਲ ਹੋ ਗਿਆ ਉਦੋਂ ਵਿੱਚ ਚੌਲ ਪਾਉਣੇ। ਹਾਂਜੀ, ਪਾਣੀ ਆਪਣਾ ਜੀ ਬੋਇਲ ਹੋ ਗਿਆ ਆ, ਇਹਦੇ ਵਿੱਚ ਆਪਾਂ ਬਾਸਮਤੀ ਰਾਈਸ 1 ਗਲਾਸ ਪਾ ਦਿੰਨੇ। ਇਹ ਮੈਂ ਗਲਾਸ ਰਾਈਸ ਜਿਹੜੇ ਆ ਅੱਧਾ ਘੰਟਾ ਸੋਕ ਕੀਤੇ ਆ। ਸੋਕ ਕਰਨਾ ਬਹੁਤ ਵਧੀਆ, ਲੰਬੇ ਲੰਬੇ ਰਾਈਸ ਬਣਦੇ ਆ, ਬਹੁਤ ਵਧੀਆ ਕੁਆਲਿਟੀ ਬਣਦੀ ਆ, ਬਹੁਤ ਵਧੀਆ ਸਮੈਲ ਆ ਰਹੀ ਆ। ਮੇਰੇ ਹਸਬੈਂਡ ਵੀ ਆ ਗਏ, ਕਹਿੰਦੇ ਕਾਹਦੀ ਸਮੈਲ ਆ ਰਹੀ ਇੰਨੀ ਵਧੀਆ। ਮੈਂ ਕਿਹਾ ਮਟਨ ਬਣਾ ਰਹੀ ਆ, ਕਹਿੰਦੇ ਫਿਰ ਨਾਲ ਰਾਈਸ ਬਣਾਓ, ਰਾਈਸ ਤਾਂ ਖਾਣੇ ਬਣਦੇ ਨਾਲ, ਪਲੇਨ ਰਾਈਸ ਬਹੁਤ ਸਵਾਦ ਲੱਗਦੇ ਇਹਦੇ ਨਾਲ। ਹੁਣ ਮੈਂ ਰਾਈਸ ਬਣਾ ਰਹੀ ਹਾਂ। ਹਾਂਜੀ, ਚੌਲਾਂ ਨੂੰ ਖਿਲੇ ਖਿਲੇ ਬਣਾਉਣ ਲਈ ਅੱਧੇ ਲੈਮਨ ਦਾ ਰਸ ਨਾਲ 1 ਟੇਬਲ ਸਪੂਨ ਓਲਿਵ ਆਇਲ, ਇਹਦੇ ਨਾਲ ਬਹੁਤ ਵਧੀਆ ਕੁਆਲਿਟੀ ਬਣਦੀ ਆ, ਬਹੁਤ ਵਧੀਆ ਚਾਵਲ ਬਣਦੇ ਆ। ਅੱਜ ਦਾ ਮੇਨ ਕੋਰਸ ਤਾਂ ਮਟਨ ਆ ਤੇ ਨਾਲ ਆਪਾਂ ਰਾਈਸ ਵੀ ਬਣਾ ਰਹੇ ਹਾਂ, ਠੀਕ ਹੈ ਜੀ। ਹੁਣ ਆਪਾਂ ਇਹਨੂੰ ਢੱਕ ਦੇਣਾ ਆ, ਇਹ ਰਿੱਝਣੇ ਸ਼ੁਰੂ ਹੋ ਗਏ ਆ, ਬੋਇਲ ਹੋਣੇ ਸ਼ੁਰੂ ਹੋ ਗਏ ਆ। ਹੁਣ ਆਪਾਂ ਇਹਨੂੰ ਸਿਮ ਕਰ ਦੇਣਾ 10 ਮਿੰਟ। ਹਾਂਜੀ, 5 ਵਿਸਲ ਮਰਵਾਉਣ ਤੋਂ ਬਾਅਦ ਲਓ ਜੀ ਆਪਾਂ ਵੇਖਦੇ ਹਾਂ। ਵਾਓ, ਇਹ ਤਾਂ ਬਹੁਤ ਹੀ ਕਮਾਲ ਦੀ ਬਣੀ ਆ। ਓ ਵਾਹ, ਤੇ ਨਾਲ ਆਪਾਂ ਬਣਾ ਲਏ ਰਾਈਸ, ਰਾਈਸ ਤੇ ਨਾਲ ਮਟਨ ਕਰੀ, ਕਮਾਲ ਦੀ ਜੁਗਲਬੰਦੀ। ਨਾਨ ਵੈਜ ਲਵਰਸ ਜਾਣਦੇ ਆ ਸਭ ਕੁਛ। ਹਰ ਚੀਜ਼ ਬਣਾਈ ਚੌਲ? ਹਾਂਜੀ, ਬਸ ਬਣ ਚੱਲੇ ਆ ਜੀ। ਅੱਛਾ ਅੱਛਾ, ਕਿਆ ਬਾਤ ਹੈ, ਕਿਆ ਬਾਤ ਹੈ। ਹਾਂ, ਬਸ ਬਣ ਚੱਲੇ ਜੀ। ਅਸਲ ਚ ਸਮੈਲ ਨਾਲ ਭੁੱਖ ਤੇਜ਼ ਹੋ ਜਾਂਦੀ ਹੋਰ। ਹੁਣ ਆਪਾਂ ਇਹਦੇ ਵਿੱਚ ਥੋੜਾ ਪਾਣੀ ਪਾਵਾਂਗੇ, ਬੋਇਲਡ ਵਾਟਰ ਪਾਉਣਾ ਹਮੇਸ਼ਾ। ਥੋੜੀ ਜਿਹੀ ਗ੍ਰੇਵੀ ਬਣਾਵਾਂਗੇ, ਗ੍ਰੇਵੀ ਘੱਟ ਸੀਗੀ ਕਿਉਂਕਿ ਆਪਾਂ ਰਾਈਸ ਖਾਣੇ ਨਾਲ।
अज आप कमाल करनी है राइस ते मटन की जुगलबंदी नाल जुगलबंदी तो राइस की बनती है चलो थैंक यू वेरी मच हांजी राइस भी देख लीए एक बार राइस भी अपने पास तैयार हो चले ने देखो किन्ने वधिया बन रहे अजे अपा घट फ्लेम ते लो फ्लेम ते रखना आ पांच मिनट होर हांजी अपनी मटन करी तैयार हो गई जी हुण आप इहदे विच धनिया पावांगे धनिया होर टेस्ट एनहांस हो जांदा चंगी तरह मिक्स करांगे ते हुण आपां इहनूं सर्व करांगे ते तुहानूं दिखावांगे लो जी मटन करी अपनी बन के तैयार है जी बहुत वधिया स्मैल आ रही है बहुत वधिया बनी है ते आपां हुण इहनूं इंजॉय करांगे ठीक है जी ते जे तुहानूं मेरियां वीडियोज़ पसंद ने ते सबसक्राइब जरूर करियो बैल बटन जरूर प्रेस करियो नाल ते खाओ ते अपनी फैमिली नूं खवाओ बना के ठीक है जी ओके जी बाय गुड बाय।